ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਘਰੇ ਹੈਗੇ, ਕਿਹੜਾ ਪੰਪ ਲਿਆਂਦਾ ਗਾ ਗੱਡੀਆਂ ਧੋਣ ਵਾਲਾ, ਗੱਡੀਆਂ ਧੋਂਦੇ ਹਾਂ, ਇਹਦੇ ਨਾਲ ਘਰੇ ਵਰਤੋਂ ਹੋਣ ਵਾਲਾ ਗਾ। ਆਹ ਪ੍ਰੈਸ਼ਰ ਗਨ ਹੈਗੀ ਅਤੇ ਤੁਹਾਨੂੰ ਮੈਂ ਦਿਖਾਉਣਾ, ਅਤੇ ਇਹਦੇ ਮੈਂ ਰੇਟ ਵੀ ਦੱਸਦਾ ਤੁਹਾਨੂੰ, ਕਿੰਨੇ ਪੈਸਿਆਂ ਦਾ, ਕਿੰਨੀ ਕੁ ਪਾਵਰ ਆ, ਕਿੰਨਾ ਕੁ ਪ੍ਰੈਸ਼ਰ ਹੈਗਾ। ਇਹ ਦੇਖ ਲਓ, 50-60 ਤੱਕ ਇਹਦਾ ਪ੍ਰੈਸ਼ਰ ਹੈਗਾ, ਅਤੇ ਘੱਟ ਵੱਧ ਸਪੀਡ ਹੁੰਦੀ ਹੈ, ਅਤੇ ਇੱਧਰ ਇਹ ਪਾਣੀ ਇੱਥੋਂ ਖਿੱਚਦਾ ਗਾ। ਆਹ ਚੀਜ਼ ਇਹਦੇ ਅੰਦਰ ਲੱਗ ਗਈ, ਅਤੇ ਆਹ ਦੇਖ ਲਓ ਮੂਹਰੇ ਫਿਲਟਰ ਲੱਗਿਆ ਹੋਇਆ। ਫਿਲਟਰ ਨੂੰ ਪਾਣੀ ਦੇ ਵਿੱਚ ਪਾਤਾ ਕਿ ਕੋਈ ਜਿਹੜੀ ਕਾਈ ਵਗੈਰਾ ਹੁੰਦੀ ਜਾਂ ਕੋਈ ਡੱਕੜੋਲਾ ਇਹਦੇ ਅੰਦਰ ਨਾ ਆਵੇ ਪੰਪ ਦੇ, ਹੈ ਨਾ। ਇੱਥੋਂ ਪ੍ਰੈਸ਼ਰ ਹੋ ਕੇ ਪਾਣੀ ਪੂਰਾ ਘੁੰਮ ਕੇ ਇਹਦੇ ਵਿੱਚ ਵੀ ਹੁੰਦਾ ਹੋਇਆ। ਇਹ ਹੈ ਜਿਹੜੀ ਪਲਾਸਟਿਕ ਪਾਈਪ ਹੈਗੀ, ਅਤੇ ਫਿਰ ਇਹ ਗੰਨ ਵਿੱਚ ਆਉਂਦਾ ਗਾ, ਅਤੇ ਇਹਦਾ ਪ੍ਰੈਸ਼ਰ ਦੇਖਦਾ ਕਿੰਨੇ ਕੁ ਦਾ, ਅਤੇ ਰੇਟ ਵੀ ਦੱਸਦਾ ਤੁਹਾਨੂੰ ਕਿੰਨੇ ਇਹਦਾ, ਕਿੰਨੇ ਪੈਸਿਆਂ ਦਾ ਇਹ, ਹੈ ਨਾ। ਤੁਹਾਨੂੰ ਰੇਟ ਵਗੈਰਾ ਸਾਰਾ ਕੁਝ ਦੱਸੂਗਾ, ਅਤੇ ਆਪਾਂ ਚੈੱਕ ਕਰਦੇ ਹਾਂ। ਅਤੇ ਦੋ ਗੱਡੀਆਂ ਆਪਾਂ ਲਾਤੀਆਂ, ਇੱਕ ਇਹ ਲਾਤੀ, ਇੱਕ ਕ੍ਰਿਸਟਾ ਲਾਤੀ, ਘਰ ਹੀ ਆ, ਬਾਹਰ ਨਹੀਂ ਗਿਆ। ਅੱਛਾ, ਸਟਾਰਟ ਹੋ ਗਿਆ। ਆਹ ਦੇਖਦੇ, ਇਹ ਆਟੋਮੈਟਿਕ ਖੜਕਾ ਕਿਉਂ ਕਰ ਰਿਹਾ ਇਹ? ਅੱਛਾ, ਕੰਪਰੈਸ਼ਰ ਸਟਾਰਟ ਹੋ ਗਿਆ ਹੁਣ ਇਹ, ਅਤੇ ਸਟਾਰਟ ਹੋਣ ਤੋਂ ਬਾਅਦ ਟੂਟੀ ਛੱਡ ਗਈ ਉਹਦੀ, ਥੋੜ੍ਹੀ ਥੋੜ੍ਹੀ ਛੱਡਦਾ। ਅੱਛਾ, ਇਹ ਸਟਾਰਟ ਹੋ ਗਿਆ ਜਦੋਂ ਇਹਦੇ ਅੰਦਰ ਪਾਣੀ ਭਰ ਗਿਆ। ਪਹਿਲਾਂ ਥੋੜ੍ਹਾ ਜਿਹਾ ਹਲਕਾ ਇਹਨੂੰ ਚਲਾਉਣਾ ਪਊਗਾ। ਬਸ ਹੋ ਗਿਆ। ਹੈਲੋ ਜੀ, ਪਲੱਗ ਪਿਆ ਹੋਇਆ ਗਾ, ਸੁੱਚ ਛੱਡੀ ਹੋਈ ਆ, ਅਤੇ ਇਹ ਸਟਾਰਟ ਹੋ ਗਿਆ। ਪਰ ਚੱਲੂ ਉਦੋਂ ਜਦੋਂ ਤੁਸੀਂ ਇਹਨੂੰ ਨੱਪਤਾ। ਇਹਦਾ ਪ੍ਰੈਸ਼ਰ ਘਟਾ ਵਧਾ ਕੇ ਵੀ ਦਿਖਾਊਂਗਾ। ਓਏ, ਪ੍ਰੈਸ਼ਰ ਬਹੁਤ ਤੇਜ਼ ਹੈਗਾ, ਹੱਥ 'ਚੋਂ ਨਿਕਲਦਾ ਇੱਕ ਵਾਰੀ ਤਾਂ ਇਹ ਖੜ ਜਾਓ, ਰੈਮੋ 'ਤੇ ਮਾਰਦੇ ਹਾਂ। ਆਹ ਚੀਜ਼ ਨਾ, ਆਹ ਚੀਜ਼ ਐਂ ਭੱਜਦੀ ਆ ਪਿੱਛੇ ਨੂੰ, ਇੰਨਾ ਪ੍ਰੈਸ਼ਰ ਆ। ਅਤੇ ਮੈਂ ਤੁਹਾਨੂੰ ਦਿਖਾਉਣਾ ਇੱਕ ਮਿੰਟ, ਇਹਨੂੰ ਚਲਾਉਣ ਦਿਓ। ਇਹ ਰਿੰਕੂ ਜੀ ਲਿਆਏ ਆ, ਅਤੇ ਇਹ ਕਿੰਨੇ ਦਾ ਲਿਆਂਦਾ ਗਾ, ਆਪਾਂ ਰੇਟ ਵੀ ਦੱਸ ਦਈਏ। ਇਹ ਆਪਾਂ 4000 ਦਾ ਲਿਆਂਦਾ। ਅੱਛਾ, 4000 ਰੁਪਏ ਦਾ, ਠੀਕ ਹੈ। ਗੱਡੀਆਂ ਧੋਣ ਵਾਸਤੇ ਸਪੈਸ਼ਲ, ਘਰੇ ਆਪਦੇ ਧੋਣ ਵਾਸਤੇ ਆ, ਬਾਹਰ ਕੰਮ ਵਾਸਤੇ ਨਹੀਂ। ਆਪਦੇ ਪ੍ਰੈਸ਼ਰ ਦੇਖ ਲਓ ਕਿੰਨਾ ਜ਼ਿਆਦਾ। ਉੱਧਰ ਡਾਹਾਂ ਮਾਰ ਕੇ ਦਿਖਾਈ ਇੱਕ ਵਾਰੀ ਪ੍ਰੈਸ਼ਰ ਕਿੱਥੋਂ ਤੱਕ। ਆਹ ਦੇਖੋ, ਪ੍ਰੈਸ਼ਰ ਚੈੱਕ ਕਰੋ ਕਿੰਨੀ ਦੂਰ ਤੱਕ ਜਾਂਦਾ। ਅਤੇ ਪਾਣੀ ਨਾ ਇੱਥੋਂ ਲੈ ਰਿਹਾ, ਆਹ ਬਾਲਟੀ ਦੇ ਵਿੱਚ ਪਾਣੀ ਛੱਡਿਆ ਹੋਇਆ, ਅਤੇ ਇੱਥੋਂ ਇਹ ਪਾਣੀ ਰਹਾ ਖਿੱਚੀ ਜਾਂਦਾ ਗਾ ਇੱਥੋਂ ਪਾਣੀ ਛੱਡ ਕੇ। ਅਤੇ ਇਹ ਉਦੋਂ ਹੀ ਚੱਲਣਾ, ਆਹ ਦੇਖੋ ਬੰਦ ਹੋ ਗਿਆ, ਉਦੋਂ ਹੀ ਚੱਲਣਾ ਜਦੋਂ ਉਹਨੇ ਉੱਧਰੋਂ ਪ੍ਰੈਸ਼ਰ ਨੱਪਤਾ, ਹੈ ਨਾ। ਪ੍ਰੈਸ਼ਰ ਬਹੁਤ ਜ਼ਿਆਦਾ ਗਾ, ਅਤੇ ਉਹ ਦੇਖੋ ਕਾਲ ਕਪੂਰ ਸਿੰਘ ਜੀ ਲਾ ਤੀ, ਹੈ ਨਾ। ਅਤੇ ਅੱਜ ਆਪਾਂ ਮਾਈਕ ਨਹੀਂ ਲਾਇਆ, ਬਿਨਾਂ ਰਿਕਾਰਡਿੰਗ ਇਸ ਤਰ੍ਹਾਂ ਹੀ ਕਰ ਰਹੇ ਹਾਂ, ਤੁਹਾਨੂੰ ਦਿਖਾ ਰਹੇ ਹਾਂ। ਅਤੇ ਇਹ ਨਵਾਂ ਹੀ ਚਲਾਇਆ, ਇਹਦੀ ਗਰੰਟੀ ਵਰੰਟੀ ਹੈਗੀ ਗੀ? ਅੱਛਾ, ਖਰਾਬ ਨਹੀਂ ਹੁੰਦੇ, ਲੌਂਗ ਟਾਈਮ ਲਈ ਖਰਾਬ ਨਹੀਂ ਹੁੰਦੇ। ਘਰੇ ਵਰਤਣਾ ਜਿਹਨੇ ਰੋਜ਼ ਵਾਂਗੂ ਗੱਡੀ ਧੋਣੀ ਹੈਗੀ, ਇੱਕ ਦੋ ਦਿਨਾਂ ਬਾਅਦ ਧੋਣੀ ਹੈਗੀ, ਉਹਦੇ ਵਾਸਤੇ ਬੈਟਰ ਚੀਜ਼ ਹੈਗੀ। ਗਰੰਟੀ ਵਰੰਟੀ ਤਾਂ ਹੈ ਨਹੀਂ ਜੀ, ਅਤੇ ਪਰ ਵਧੀਆ ਚੀਜ਼ ਹੈਗੀ। 4000 ਰੁਪਏ ਦਾ ਗਾ ਇਹ, ਕਿਹੜੇ ਜਿਹੇ ਦੁਕਾਨਾਂ ਤੋਂ ਮਿਲਦਾ ਗਾ? ਅੱਛਾ ਅੱਛਾ, ਟੂਲਸ ਵਗੈਰਾ ਜਿਹਤੋਂ ਲੈਂਦੇ ਆਪਾਂ, ਹਾਂ ਉਹਨਾਂ ਕੋਲੋਂ ਮਿਲ ਜਾਂਦਾ ਗਾ। ਅਤੇ ਆਹ ਦੇਖੋ ਪ੍ਰੈਸ਼ਰ ਬਹੁਤ ਹੈਗਾ, ਇਦੂ ਬਾਅਦ ਇਹਦੇ ਸ਼ੈਂਪੂ ਮਾਰ ਕੇ ਗੱਡੀ 'ਤੇ ਇੱਕ ਵਾਰੀ, ਇਹਦੇ ਮੂਹਰੇ ਸ਼ੈਂਪੂ ਵੀ ਲੱਗਦਾ ਗਾ, ਉਹ ਪਿਆ ਗਾ। ਅਤੇ ਇਹਦੇ 'ਚ ਸ਼ੈਂਪੂ ਪਾ ਕੇ ਇਹ ਮੂਹਰੇ ਲੱਗ ਜਾਂਦਾ ਗਾ, ਅਤੇ ਫਿਰ ਇਹਦੇ ਵਿੱਚ ਦੀ ਸ਼ੈਂਪੂ ਜਾਂਦਾ ਗਾ, ਹੈ ਨਾ। ਅਤੇ ਇੱਕ ਨਾ ਇਹਨੂੰ ਉੱਚੀ ਥਾਂ 'ਤੇ ਨਾ ਰੱਖਿਓ, ਆਹ ਦੇਖੋ ਤਿਲਕੀ ਜਾਂਦਾ ਇਹ, ਇਹ ਗਾਹਾਂ ਜਾਈ ਜਾਂਦਾ ਗਾ। ਹਾਂ, ਚੈੱਕ ਕਰਿਓ ਇਹ, ਆਹ ਜਦੋਂ ਇਹਦੇ ਚੱਲਦਾ ਨਾ ਵਾਈਬ੍ਰੇਸ਼ਨ ਦੇ ਨਾਲ, ਕਿਸੇ ਇਹੋ ਜਿਹੀ ਥਾਂ 'ਤੇ ਰੱਖਿਓ ਜਿੱਥੇ ਡਿੱਗਣਾ ਪਵੇ, ਥੱਲੇ ਡਿੱਗਣ ਦਾ ਡਰ ਆ ਜਾਂਦਾ। ਆਹ ਦੇਖੋ ਜੀ, 4000 ਰੁਪਏ ਦਾ, ਅਤੇ ਧੂਣਾ ਪੱਟੀ ਜਾਂਦਾ ਗਾ,
ਢੈੜਾ ਚੀਜ਼ ਤਾਂ ਜੇ ਤੁਸੀਂ ਰੋਜ਼ ਵਾਂਗੂ ਗੱਡੀ ਲਾਉਂਦੇ ਜਾਂ ਦੋ ਤਿੰਨ ਗੱਡੀਆਂ ਘਰ ਹੈਗੀਆਂ ਨੇ ਤਾਂ ਕੋਈ ਦਿੱਕਤ ਨਹੀਂ ਹੈਗੀ, ਵਧੀਆ ਚੀਜ਼ ਹੈਗੀ, ਗਰੰਟੀ ਵਰੰਟੀ ਹੈ ਨਹੀਂ, ਬਸ ਕਿਸੇ ਵਧੀਆ ਜਿਹੇ ਬੰਦੇ ਤੋਂ ਲੈ ਲਿਓ। ਇੱਥੇ ਆਮ ਪ੍ਰੈਸ਼ਰ ਘਰੇ ਗੱਡੀ ਧੋਣਾ ਅਤੇ ਬਾਹਰ ਮਹਿੰਗੀ ਪੈਂਦੀ ਹੈ ਜੀ, ਉਹਦੇ ਵਾਸਤੇ ਹੈ ਇਹ। ਅਤੇ ਬਾਹਰ ਗੱਡੀ ਧੋਵਾਈ ਦੇ ਕਿੰਨੇ ਪੈਸੇ ਲੈਂਦੇ ਆ? ਪੈਸੇ ਪੂਰੇ ਹੋ ਜਾਣਗੇ। ਹਾਂ ਨਾ, ਇਹ ਚ ਮੋੜ ਚੇਂਜ ਹੋ ਜਾਂਦਾ, ਦੇਖੋ ਹੁਣ ਇਹਦੇ ਤੇ ਸਾਰੇ ਕਿਤੇ ਫੁਹਾਰਾ ਮਾਰਨ ਵਾਸਤੇ ਇਸ ਤਰ੍ਹਾਂ ਦਾ, ਦੇਖੋ ਮੋੜ ਚੇਂਜ ਹੋ ਗਿਆ ਇਸ ਤਰ੍ਹਾਂ ਵੀ ਆ। ਅਤੇ ਜਾਣਕਾਰੀ ਵਧੀਆ ਲੱਗੀ ਹੋਈ ਨਾ, ਫੋਲੋ ਜ਼ਰੂਰ ਕਰ ਲਿਓ, ਬਹੁਤ ਸਾਰੀਆਂ ਜਾਣਕਾਰੀਆਂ ਤੁਹਾਨੂੰ ਦਿੰਦੇ ਰਹਿੰਦੇ ਹਾਂ, ਦੁਕਾਨਾਂ ਦੀ ਪ੍ਰੋਮੋਸ਼ਨ ਕਰ ਦਿੰਦੇ ਆਪਾਂ ਜ਼ਿਆਦਾਤਰ। ਚੱਲ ਦੇਖੋ ਇਸ ਤਰ੍ਹਾਂ ਧੋਣਾ, ਅਤੇ 20 ਦਵਾਈਆਂ ਤੋਂ ਬਾਅਦ ਤੁਹਾਡੀ ਇਹ ਜਿਹੜੀ ਆ ਪੰਪ ਬਿਲਕੁਲ ਫ੍ਰੀ ਹੋ ਜਾਣਾ ਤੁਹਾਡੇ ਲਈ। ਫੋਲੋ ਕਰ ਲਓ, ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ।